पैसे लेने थे उससे 10,000 रुपये। हाँ। उसको 2 महीने से वो लारे लगा रहे थे, पैसे लेने गए थे उससे। उसने पहले 3 जगह बुलाया भी किसी ने पैसे लेने हैं ते पैसे देने वाला बंदा छरेआम बंदे नूं बुला के किसी थां ते कुट रहा वा। लड़ाई थी तन तोड़ता ने डंगा मार के। फिर 4th जगह बुलाया, वहाँ फील्डिंग लाई हुई थी हमारी। अच्छा। फील्डिंग लाई हुई थी ते उन्होंने पहले थप्पड़ थप्पड़ मारे, ऐसे भी थप्पड़ थप्पड़ चलाने लगे। बाद चो उन्होंने तलवारे ते टोके टोके कटन लगे ते सर ते मारिया। फिर अपना जो सारे हाथ तलवार ते खंडे से सिर ते वो खंडे मारिया जी। ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਮੈਂ ਵਿਸ਼ਾਲ ਕਪੂਰ। ਲੁਧਿਆਣਾ ਸ਼ਹਿਰ ਦੀ ਗੱਲ ਕਰੀਦਾ, ਲੁਧਿਆਣਾ ਸ਼ਹਿਰ ਦੇ ਸਮਰਾ ਚੌਂਕ ਦੇ ਵਿੱਚ ਇੱਕ ਗੁੰਡਾਗਰਦੀ ਦੇਖਣ ਨੂੰ ਮਿਲੇਗੀ। ਗੁੰਡਾਗਰਦੀ ਕੀ ਦੇਖਣ ਨੂੰ ਮਿਲੇਗੀ ਕਿ 10,000 ਰੁਪਏ ਪਿੱਛੇ ਇੱਕ ਪਰਿਵਾਰ ਦੇ ਜੀਆਂ ਦਾ ਸਿਰ ਤੱਕ ਪਾੜ ਦਿੱਤਾ ਗਿਆ। ਇਹ ਸ਼ਖਸ ਹੈ ਸਾਡੇ ਨਾਲ ਮੌਜੂਦ ਹੈ, ਗੱਲਬਾਤ ਕਰਦੇ। ਕੀ ਨਾਮ ਹੈ? ਅਸਫਾਕ ਆਲਮ ਜੀ। ਹੈਂ? ਅਸਫਾਕ ਆਲਮ। ਅਸਮਾਮ ਕਾਲਮ? ਅਸਫਾਕ ਆਲਮ। ਆਲਮ? ਹਾਂਜੀ। ਆਲਮ ਕਿਆ ਹੁਆ? ਸਰ ਪੈਸੇ ਲੈਣੇ ਤੇ ਉਸੇ 10,000 ਰੁਪਏ। ਹਾਂ। ਉਸਕੋ 2 ਮਹੀਨੇ ਸੇ ਲਾਰੇ ਲਗਾ ਰਹੇ ਥੇ, ਪੈਸੇ ਲੈਣੇ ਗਏ ਥੇ ਉਸਸੇ। ਉਸਨੇ ਪਹਿਲੇ 3 ਜਗ੍ਹਾ ਬੁਲਾਇਆ, ਹਮ ਵਹਾਂ ਵੀ ਪਹੁੰਚੇ। ਉਸਕੇ ਬਾਅਦ ਉਸਨੇ ਫਿਰ 4th ਜਗ੍ਹਾ ਬੁਲਾਇਆ, ਵਹਾਂ ਫੀਲਡਿੰਗ ਲਾਈ ਹੋਈ ਥੀ ਹਮਾਰੀ। ਅੱਛਾ। ਫੀਲਡਿੰਗ ਲਾਈ ਹੋਈ ਥੀ ਤੇ ਉਹਨਾਂ ਨੇ ਪਹਿਲਾਂ ਥੱਪੜ ਥੁੱਪੜ ਮਾਰਿਆ, ਅਸੀਂ ਵੀ ਥੱਪੜ ਥੁੱਪੜ ਚਲਾਉਣ ਲੱਗੇ। ਬਾਅਦ 'ਚ ਉਹਨਾਂ ਨੇ ਤਲਵਾਰੇ ਅਤੇ ਟੋਕੇ ਟੋਕੇ ਕੱਢਣ ਲੱਗੇ ਅਤੇ ਸਰ 'ਤੇ ਮਾਰਿਆ। ਅਤੇ ਅਸੀਂ 7 ਮੁੰਡੇ ਗਏ ਸੀ ਅਤੇ 7 ਭੱਜ ਗਏ ਸੀ ਅਤੇ ਮੈਂ ਉਹਨਾਂ ਦੇ ਵਿੱਚ ਆ ਗਿਆ ਜੀ। ਅਤੇ ਮੈਨੂੰ ਮਾਰਿਆ ਉਹਨਾਂ ਨੇ, ਸਰ ਸੁਰ ਭਾਰਤਾ ਪੀਠ ਪੂੜੇ ਤਲਵਾੜਾਂ ਨਾਲ ਪੂਰੇ ਗੁੰਡਿਆ ਕਰਦੀ ਹੈ ਜੀ। ਕਿੰਨੇ ਕੁ ਬੰਦੇ ਸੀਗੇ ਉਹ? ਉਹ 30-35 ਬੰਦੇ ਨੇ ਸੀਗੇ ਜੀ। 30-35 ਬੰਦੇ ਨੇ? ਹੱਥਾਂ 'ਚ ਕੀ ਸੀਗਾ? ਹੱਥਾਂ 'ਚ ਸਾਰਿਆਂ ਦੇ ਤਲਵਾਰ ਅਤੇ ਖੰਡੇ ਸੀਗੇ, ਵੱਡੇ ਵੱਡੇ। ਅੱਛਾ। ਹਾਂਜੀ। ਉੱਥੇ ਨਾ ਪੁਲਿਸ ਵੀ ਖੜੀ ਨਹੀਂ ਸੀ, ਕੁਛ ਨਹੀਂ ਸੀਗੇ, ਵਿੱਚ ਰਾਹ 'ਚ ਹੀ ਹੋਈ ਆ ਸਾਰੀ। ਗੁਰਦੁਆਰੇ ਦੇ ਬਿਲਕੁਲ ਸਾਹਮਣੇ। ਕੋਈ ਮੁਲਾਜ਼ਮ ਕਿਸੇ ਛੁਡਾਉਣ ਵੀ ਨਹੀਂ ਆਇਆ? ਨਹੀਂ, ਕੋਈ ਨਹੀਂ ਆਇਆ ਛੁਡਾਉਣ ਨੂੰ। ਤੂੰ ਜਾਣ ਕਿੱਦਾਂ ਬਚਾਈ? ਜਾਣ ਮੈਂ ਭੱਜ ਕੇ ਬਚਾਇਆ ਜੀ। ਸਿਰ 'ਤੇ ਕੀ ਮਾਰਿਆ? ਸਿਰ 'ਤੇ ਉਹ ਖੰਡੇ ਮਾਰਿਆ ਜੀ, ਵੱਡਾ ਵਾਲਾ। ਤੇਰਾ ਕੀ ਨਾਮ ਹੈ? ਅਜੀਤ ਕੁਮਾਰ। ਇਹ ਦੰਦਾਂ ਨੂੰ ਕੀ ਹੋਇਆ? ਉਹ ਇਹਨਾਂ ਦੀ ਲੜਾਈ ਸੀ ਤਨ ਤੋੜਤਾ ਨਾਲ, ਡੰਗਾ ਮਾਰ ਕੇ। ਦਿਖਾ ਇੱਦਾਂ, ਇੱਥੇ ਡਾਂਗਾ ਮਾਰੀਆਂ? ਹਾਂਜੀ। ਦੰਦ ਤੋੜਤਾ ਜਿਹੜਾ ਬੁਲਬੁਲ ਸੁੱਜਿਆ ਹੋਇਆ? ਸਾਰਾ ਉਹਦੇ ਨਾਲ ਹੀ ਸੁੱਜਿਆ ਹੋਇਆ ਜੀ। ਕਿੰਨੇ ਕੁ ਸ਼ਖਸ ਸੀਗੇ ਉਹ? 30-35 ਜਣੇ ਸੀਗੇ। ਕੀ ਕੀ ਨਾਮ ਸੀ? ਦਾ ਨਾਂ ਦੋ ਦਾ ਪਤਾ ਜੀ, ਵਿਕਰਮ ਮਹਿਰਾ ਅਤੇ ਦੀਪਕ ਮਹਿਰਾ। ਅਤੇ ਥਾਣੇ ਕੰਪਲੇਂਟ ਕਰਾਈ? ਹਾਂਜੀ, ਮੈਡੀਕਲ ਵੀ ਕਰਾਈ। ਮੈਡੀਕਲ? ਹਾਂਜੀ। ਸਰੇਆਮੀ ਗੁੰਡਾਗਰਦੀ ਕੀਤੀ ਗਈ ਉੱਥੇ? ਸਰੇਆਮੀ ਜੀ ਗੁੰਡਾਗਰਦੀ ਕੀਤੀ ਗਈ ਹੈ ਜੀ। ਗੁੰਡਾਗਰਦੀ ਹੈ ਵੀ ਕਿਸੇ ਨੇ ਪੈਸੇ ਲੈਣੇ ਹੈ ਤੇ ਪੈਸੇ ਦੇਣ ਵਾਲਾ ਬੰਦਾ ਸ਼ਰੇਆਮ ਬੰਦੇ ਨੂੰ ਬੁਲਾ ਕੇ ਕਿਸੇ ਥਾਂ ਤੇ ਕੁੱਟ ਰਿਹਾ ਵਾ, ਬੰਦੇ ਨਾਲ ਕੁੱਟਮਾਰ ਕਰ ਰਿਹਾ। ਇਹ ਬਹੁਤ ਗਲਤ ਹੈ। ਇਹ ਪੁਲਿਸ ਨੂੰ ਧਿਆਨ ਦੇਣਾ ਚਾਹੀਦਾ ਵੀ ਇਹੋ ਜਿਹੀਆਂ ਵਾਰਦਾਤਾਂ ਨਾ ਹੋਣ। ਅਸੀਂ ਤਾਂ ਇਹੀ ਚਾਹਾਂਗੇ ਜੀ, ਲੁਧਿਆਣਾ ਸ਼ਹਿਰ 'ਚ ਜਿਹੜੀ ਇਹੋ ਜਿਹੀ ਵਾਰਦਾਤ ਨਾ ਹੋਵੇ। ਇਹ ਮੁੰਡੇ ਨਾਲ ਬਹੁਤ ਧੱਕਾ ਹੋਇਆ ਵਾ, 30-35 ਜਣਿਆਂ ਨੇ ਮਿਲ ਕੇ ਮੁੰਡੇ ਨੂੰ ਤਲਵਾਰਾਂ ਮਾਰੀਆਂ, ਗੰਡਾਸੇ ਮਾਰੇ ਆ। ਅਸੀਂ ਰਾਤ 1 ਵਜੇ ਰਿਪੋਰਟ ਲਿਖਾ ਕੇ ਆਏ ਹਾਂ 7 ਨੰਬਰ ਡਿਵੀਜ਼ਨ ਥਾਣੇ 'ਚ, ਮੈਡੀਕਲ ਵੀ ਦੇ ਕੇ ਆਏ ਹਾਂ SI ਸਾਹਿਬ ਨੂੰ। ਹੁਣ ਉਹ ਦੇਖਣਗੇ ਵੀ ਕੀ ਹੁੰਦਾ ਵਾ। ਇਨਸਾਫ ਕੀ ਚੱਲਦਾ? ਇਨਸਾਫ ਸਾਨੂੰ ਇਨਸਾਫ ਫੈਸਲਾ ਚਾਹੀਦਾ ਜੀ, ਬਸ। ਪਰਚਾ ਚਾਹੀਦਾ ਕਿ ਫੈਸਲਾ? ਜੋ ਦੇ ਦੇਵੇ ਥਾਣੇ 'ਚ ਹੈ ਜੀ ਉਹ ਗੱਲ ਤੋਂ। ਵੀ ਅਸੀਂ ਤਾਂ ਇਹੀ ਚਾਹਾਂਗੇ ਵੀ ਥਾਣੇ 'ਚ ਪਰਚਾ ਉਹਨਾਂ ਦਾ ਦਰਜ ਹੋਣਾ ਚਾਹੀਦਾ। ਕੀ ਹੋਣਾ ਚਾਹੀਦਾ? ਪਰਚਾ ਦਰਜ ਹੋਣਾ ਚਾਹੀਦਾ। ਪਰਚਾ ਦਰਜ ਹੋਣਾ ਚਾਹੀਦਾ? ਹਾਂਜੀ ਭਾਈ, ਫੈਸਲੇ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ। ਲੇਕਿਨ ਸਾਡੇ ਨਾਲ ਤਸਵੀਰ ਆ, ਇੱਧਰ ਆਈਏ। ਆਪਕਾ ਬੇਟਾ ਹੈ ਜੋ? ਆਪਕੋ ਪਤਾ ਚੱਲਾ ਤਾਂ ਲੜਾਈ ਹੋਈ ਹੈ ਜਬ ਇਨਕੀ? ਇੱਧਰ ਆਈਏ। ਆਪਕੋ ਪਤਾ ਲੱਗਾ ਲੜਾਈ ਹੋਈ ਹੈ ਇਨਕੀ? ਦਾਂਤ ਦੂੰ ਟੁੱਟ ਗਏ ਹੈ। ਹੈਂ? ਬਤਾ। ਤੋ ਕਿਤਨੀ ਟੈਨਸ਼ਨ ਮੇਂ ਥੀ ਆਪ? ਬਹੁਤ ਟੈਨਸ਼ਨ ਮੇਂ ਥੀ। ਕੋਈ ਨਹੀਂ, ਬੱਚੇ ਕੀ ਪਰਵਾਹ ਹੈ ਆਪਕੋ? ਹਾਂਜੀ। ਜੋ ਦਾਂਤ ਦੂਤ ਲੈ ਕੇ ਘੂਮ ਰਹੇ ਥੇ, ਮਾਰ ਦਿੱਤੇ ਫਿਰ?
कहाँ से लेके आती? इधर आया था, इधर से मारने लगा इस। चलो रो मत, रो मत, रो मत, रो मत, रो मत। बुला के मारा था, बुला के मारा। हाँ जी, बुला के मारा था, बुला के मारा इसको। हाँ जी, बुला के यहाँ पर आ, बुला के मार। लेकिन ये कुछ बोल नहीं पा रही है, मुंडे की माँ, मुंडा 10वीं क्लास के पढ़ता है, लेकिन लुधियाना शहर के समोरा चौंक के भी गुंडागर्दी देखने मिल गई। इस करके देखने मिल गई कि ये शख्स के सिर के उत्ते टांके लगे ने, पिट से कृपाना ने, ये दंद तक तोड़ दिए गए ने, 30 से 35 बंदे ने। हम लोग के बच्चे लड़ने वाला नहीं है, हम लोग के बच्चे बहुत शरीफ है, हम लोग के बच्चे लड़ाई उड़ाई करने वाला नहीं है। हम लोग के बच्चे क्या मैं तेन पैसा दे रहा, तो बुलाया पहला कला सी, पीछे 30-35 मुंडे आ गए, चारों पास घेर लिया। हम लोग का बच्चे ऐसा है कि हम लोग के बच्चे कब, हम लोग गलत अपना बच्चे के सिखाए भी नहीं। किन विच पढ़ता? 10वीं जी भाई। मैं घेरा पा लिया पूरा। हाँ जी भाई, चारों पास घेरा पा लिया भाई, चारों पास घेरा पा लिया जी। ये सत नंबर थाने का इलाका पैंता जिधर सोना चौंक के जो हड़दम देखने को मिले रात तकरीबन 9:30 के जोड़ा वै एक तंडव देखने को मिले लुधियाना शहर के लगातार जी गुंडागर्दी देखने को मिली। गुंडागर्दी इस करके क्योंकि शख्सों के एक के दंद तोड़ दिए गए, एक के कृपाना मारिया गई। लेकिन हुण देखते हैं कि थाना 7 नंबर वालों की कार्रवाई अमल च लिआंदी जांदी। भाजी की मामला कि जो सत समरा चौंक का लड़ाई हुई सी रात को? 10,000 रुपया लैना सी। 10,000 रुपये लैन देन सी। अच्छा जी, बहुत शुक्रिया।